ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋ ਪੁਰਸ਼ੋ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਮਲ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਪ੍ਰਭ ਮਨ ਹੈ ਓਏ ਰਾਮ ਨਾਮ ਰੰਗ ਰਤੇ ਤਿਨਕੀ ਸ਼ੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਜੋ ਕਿਛ ਕਰੈ ਸੋਈ ਪ੍ਰਭ ਮਨ ਹੈ ਓਏ ਰਾਮ ਨਾਮ ਰੰਗ ਰਤੇ ਤਿਨਕੀ ਸ਼ੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇ ਵਡਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਓ ਜਲ ਥਲ ਮਹੀਅਲ ਸੋਈ ਰਹਾਉ ਕੋਟ ਅਪਰਾਧੀ ਸੰਤ ਸੰਗ ਉਦਰੈ ਜਮ ਤਾਂ ਕੈ ਨੇੜ ਨਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿਨ ਹਰ ਸਿਓ ਆਣ ਮਿਲਾਵੈ ਜਨ ਕੀ ਮਹਿਮਾ ਕੇਤਕ ਬਰਨੋ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ ਜਨ ਕੀ ਮਹਿਮਾ ਕੇਤਕ ਬਰਨਾਉ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟ ਸ਼ੁਕਰ ਹੈ ਸਤਿਗੁਰਾਂ ਦਾ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰ ਬਖਸ਼ੇ ਨੇ ਆਪਾਂ ਸਾਰਿਆਂ ਨੂੰ ਸਤਿਗੁਰਾਂ ਨੇ
ਪਾਵਨ ਪਵਿੱਤਰ ਹੁਕਮਨਾਮੇ ਦੀ ਅਸੀਸ ਬਖਸ਼ੀ ਹੈ। ਇਹ ਅੰਮ੍ਰਿਤ ਬਚਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੇ 748 ਅੰਗ ਦੇ ਉੱਤੇ ਅੰਕਿਤ ਹਨ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਮੇਰੇ ਪਾਤਸ਼ਾਹ ਜੀ, ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ, ਜਿਹੜਾ ਪ੍ਰਾਣੀ ਸ਼ਬਦ ਨਾਲ ਜੁੜ ਜਾਂਦਾ ਹੈ, ਸਤਸੰਗਤ ਨਾਲ ਜੁੜ ਜਾਂਦਾ ਹੈ, ਅਕਾਲ ਪੁਰਖ ਦੇ ਬਾਣੀ ਨੂੰ ਉਹ ਮਿੱਠਾ ਕਰਕੇ ਮੰਨਦਾ ਹੈ, ਉਹਦੀ ਆਗਿਆ ਵਿੱਚ ਰਹਿੰਦਾ ਹੈ। ਇਹ ਗੁਣ ਉਸ ਮਨੁੱਖ ਦੇ, ਉਸ ਪ੍ਰਾਣੀ ਦੇ ਹਿਰਦੇ ਦੇ ਵਿੱਚ ਆ ਜਾਂਦੇ ਨੇ ਤੇ ਪਰਮਾਤਮਾ ਦੇ ਦਰ ਤੋਂ, ਗੁਰੂ ਦੇ ਦਰ ਤੋਂ, ਇੱਥੋਂ ਤੱਕ ਕਿ ਸੰਸਾਰ ਵੀ, ਸਮਾਜ ਵੀ ਉਸ ਗੁਰੂ ਪਿਆਰੇ ਨੂੰ ਸਤਿਕਾਰ ਦਿੰਦਾ ਏ, ਸਨਮਾਨ ਦਿੰਦਾ ਏ, ਵੀ ਇਹ ਬਾਣੀ ਨਾਲ ਜੁੜਿਆ ਏ, ਇਹ ਗੁਰੂ ਘਰ ਨਾਲ ਜੁੜਿਆ ਏ, ਇਹ ਸਤਸੰਗਤ ਨਾਲ ਜੁੜਿਆ ਹੋਇਆ ਏ, ਇਹ ਗੁਰੂ ਦਰ ਦੀ ਸੇਵਾ ਨਾਲ ਜੁੜਿਆ ਹੋਇਆ ਏ, ਇਹ ਮਾਨਵਤਾ ਦੀ ਸੇਵਾ ਨਾਲ ਜੁੜਿਆ ਹੋਇਆ ਏ, ਸਮਾਜ ਵੀ ਸਤਿਕਾਰ ਦਿੰਦਾ ਏ, ਮਾਣ ਦਿੰਦਾ ਏ, ਤੇ ਗੁਰੂ ਸਾਹਿਬ ਦੇ ਦਰ ਤੋਂ ਵੀ ਉਸਨੂੰ ਸਤਿਕਾਰ ਮਿਲਦਾ ਏ। ਤੇਰਾ ਹਾਉ ਦੀ ਪੰਕਤੀ ਵਿੱਚ ਸਾਹਿਬ ਜੀ ਕਹਿੰਦੇ ਨੇ, ਮੇਰੇ ਰਾਮ ਹਰ ਸੰਤਾਂ ਜੀਵਨ ਨਾ ਕੋਈ। ਸੰਤ ਇੱਕ ਬਹੁਤ ਉੱਚਾ ਤੇ ਸੁੱਚਾ ਖਿਤਾਬ ਹੈ, ਸਤਿਕਾਰਯੋਗ ਇਹ ਸ਼ਬਦ ਹੈ। ਇਸਲਾਮ ਨੇ ਵੀ ਤੇ ਹਰ ਧਰਮ ਨੇ ਹੀ ਜੋ ਰੱਬ ਤੱਕ ਜਿਹਦੀ ਪਹੁੰਚ, ਯਾਨੀ ਕਿ ਉਹ ਦੁਨੀਆਦਾਰੀ ਤੋਂ ਉੱਠਾ ਹੋ, ਉੱਚਾ ਉੱਠ ਜਾਂਦਾ ਹੈ, ਉਸ ਨੂੰ ਇਹੋ ਜਿਹੇ ਸਤਿਕਾਰਯੋਗ ਸ਼ਬਦਾਂ ਨਾਲ ਸੰਸਾਰ ਸੰਬੋਧਨ ਕਰਦਾ ਹੈ, ਯਾਦ ਕਰਦਾ ਹੈ। ਕਿਤੇ ਭਗਤ ਕਿਹਾ ਗਿਆ, ਕਿਤੇ ਸੰਤ ਕਿਹਾ ਗਿਆ, ਕਿਤੇ ਮਹਾਂਪੁਰਸ਼ ਕਿਹਾ ਗਿਆ, ਤੇ ਕਿਤੇ ਇੰਗਲਿਸ਼ ਵਿੱਚ ਆਪਾਂ ਡਿਵੋਟੀ ਕਹਿੰਦੇ ਹਾਂ, ਸੇਂਟਸ ਕਹਿੰਦੇ ਹਾਂ। ਸੰਸਾਰ ਉਸ ਪ੍ਰਾਣੀ ਨੂੰ ਸਤਿਕਾਰਯੋਗ ਇਸ ਸ਼ਬਦਾਂ ਨਾਲ ਯਾਦ ਕਰਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ, ਮੇਰੇ ਰਾਮ, ਹੇ ਮੇਰੇ ਸਤਿਗੁਰੂ ਜੀ, ਹੇ ਮੇਰੇ ਅਕਾਲ ਪੁਰਖ ਪਰਮਾਤਮਾ, ਹਰ ਸੰਤਾਂ ਜੇ ਵੰਡਣਾ ਕੋਈ। ਦੇਖੋ ਕੈਸਾ ਸਤਿਕਾਰ, ਕੰਪੇਅਰ ਕਰ ਦਿੱਤਾ ਤੇ ਮੇਰੇ ਮਾਲਕ, ਜੋ ਤੇਰੇ ਪਿਆਰ ਵਿੱਚ ਬੈਠ ਜਾਂਦੇ ਨੇ, ਜੋ ਤੇਰੇ ਪਿਆਰ ਦੇ ਵਿੱਚ ਆਪਣਾ ਜੀਵਨ ਕੁਰਬਾਨ ਕਰ ਦਿੰਦੇ ਨੇ, ਤੇ ਉਹਨਾਂ ਵਰਗਾ ਹੋਰ ਕੋਈ ਨਹੀਂ ਹੈ। ਦੁਨੀਆਂ ਵਿੱਚ ਰਾਜੇ ਮਹਾਰਾਜੇ ਵੀ ਨੇ, ਦੁਨੀਆਂ ਦੇ ਵਿੱਚ ਵੱਡੇ ਵੱਡੇ ਸ਼ਾਹੂਕਾਰ ਅਹਿਲਕਾਰ ਵੀ ਨੇ, ਪਰ ਤੇਰੇ ਭਗਤਾਂ ਵਰਗਾ ਕੋਈ ਨਹੀਂ ਹੈ, ਤੇਰੀਆਂ ਸੰਤਾਂ ਵਰਗਾ ਕੋਈ ਨਹੀਂ ਹੈ, ਤੇਰੇ ਸੇਵਾਦਾਰਾਂ ਵਰਗਾ ਕੋਈ ਨਹੀਂ ਹੈ, ਤੇਰੇ ਦਰ ਦੇ ਸਤਸੰਗੀਆਂ ਵਰਗਾ ਵੀ ਕੋਈ ਨਹੀਂ ਹੈ। ਤੇ ਮੇਰੇ ਸਤਿਗੁਰੂ ਜੀ ਇਹ ਸਨਮਾਨ ਬਖਸ਼ਦੇ ਹੋਏ ਫਿਰ ਕਹਿੰਦੇ ਨੇ, ਕਿਉਂ? ਕਿਉਂਕਿ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ, ਜਲ ਥਲ ਮਹੀਲ ਸੋਈ। ਉਹ ਗੁਰੂ ਪਿਆਰਿਆਂ ਦੀ ਪਰਮਾਤਮਾ ਨਾਲ ਬਣ ਜਾਂਦੀ ਹੈ। ਸੰਸਾਰ ਦੀ ਰੀਤੀ, ਸੰਸਾਰ ਦੇ ਮੋਹ ਮਾਇਆ ਦੇ ਵਿੱਚੋਂ ਉਹ ਉੱਚੇ ਉੱਠ ਜਾਂਦੇ ਨੇ। ਤਾਂ ਹੀ ਸਤਿਗੁਰ ਦੀ ਬਾਣੀ ਕਹਿੰਦੀ ਹੈ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਇੱਥੋਂ ਤੱਕ ਕਿ ਭਗਤਾਂ ਦੀ ਪਰਮਾਤਮਾ ਰੱਖਦਾ ਆਇਆ ਹੈ, ਪਰ ਸਮਾਜ ਨੇ, ਸੰਸਾਰ ਨੇ, ਵਕਤ ਦੀਆਂ ਹਕੂਮਤਾਂ ਨੇ ਉਹਨਾਂ ਭਗਤਾਂ ਦੇ ਉੱਤੇ ਅੱਤ ਦੇ ਜ਼ੁਲਮ ਕੀਤੇ, ਅੱਤ ਦੇ ਜ਼ੁਲਮ ਕੀਤੇ, ਸਜ਼ਾਏ ਮੌਤ ਤੱਕ ਵੀ ਉਹਨਾਂ ਨੂੰ ਪਹੁੰਚਾਇਆ।
ਵਕਤ ਦੀਆਂ ਹਕੂਮਤਾਂ ਨੇ ਇੱਥੋਂ ਤੱਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰ ਜੀ ਤੱਤੀ ਤਵੀ ਤੇ ਬਿਠਾਏ ਗਏ, ਸੀਸ ਵਿੱਚ ਗਰਮ ਰੇਤਾ ਪਾਈ ਗਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਮਾਲਕ ਦੀ ਰਜਾ ਦੇ ਵਿੱਚ ਰਹਿ ਕੇ ਕਹਿੰਦੇ ਨੇ, ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ, ਨਾਨਕ ਮੰਗੇ ਭਗਤਾਂ ਬਾਣਿਆ ਆਈ ਪ੍ਰਭ ਆਪਣੇ ਸਿਉ ਜਲ ਥਲ ਮਰੀ ਅਲ ਸੋਈ। ਇੱਥੋਂ ਤੱਕ ਸਾਈ ਮੀਆਂ ਮੀਰ ਜੀ ਧੰਨ ਗੁਰੂ ਅਰਜਨ ਦੇਵ ਜੀ ਦੇ ਉੱਤੇ ਇਹ ਜ਼ੁਲਮ ਹੁੰਦਾ ਦੇਖ ਕੇ ਕਹਿੰਦੇ ਨੇ, ਮਾਲਕ ਮੇਰੇ ਪਾਤਸ਼ਾਹ, ਉਹ ਤੁਸੀਂ ਦੀਨ ਦੁਨੀਆਂ ਦੇ ਮਾਲਕ ਹੋ, ਕੀ ਗੱਲ ਹੈ? ਕਹਿਣ ਲੱਗੇ ਨਹੀਂ, ਸਤਿਗੁਰੂ ਕਹਿੰਦੇ ਨੇ ਇਹ ਉਸ ਮਾਲਕ ਦਾ ਹੁਕਮ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਚਾਂਦਨੀ ਚੌਕ ਦਿੱਲੀ ਦੇ ਅੰਦਰ ਕੁਰਬਾਨ ਹੁੰਦੇ ਨੇ। ਇੱਥੇ ਹੀ ਬਸ ਨਹੀਂ, ਭਗਤ ਨਾਮਦੇਵ ਜੀ, ਬਾਬਾ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ, ਆ ਜਿਤਨੇ ਭਗਤ 15 ਭਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸੁਸ਼ੋਭਿਤ ਨੇ, ਉਹਨਾਂ ਦੇ ਅੰਮ੍ਰਿਤ ਬਚਨ, ਇਹਨਾਂ ਤੇ ਜ਼ੁਲਮ ਕੀਤੇ ਗਏ। ਧਰੂ ਦੇ ਉੱਤੇ ਜ਼ੁਲਮ, ਪ੍ਰਹਿਲਾਦ ਦੇ ਉੱਤੇ ਜ਼ੁਲਮ, ਤੇ ਜੇ ਬਾਣੀ ਤੋਂ ਪੁੱਛੀਏ, ਸਤਿਗੁਰਾਂ ਤੋਂ ਪੁੱਛੀਏ, ਮਹਾਰਾਜ ਪਰਮਾਤਮਾ ਦਾ ਨਾਮ ਕਿਵੇਂ ਜਪੀਏ, ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕੈਸੀ ਉਦਾਹਰਨ ਦਿੱਤੀ ਮੇਰੇ ਸਤਿਗੁਰਾਂ ਨੇ, ਧਰੂ ਤੇ ਪ੍ਰਹਿਲਾਦ ਛੋਟੀ ਉਮਰ ਹੈ ਤੇ ਕਹਿੰਦੇ ਨੇ ਉਹਨਾਂ ਵਾਂਗੂ ਜਪੋ। ਪ੍ਰਹਿਲਾਦ ਪਿਤਾ ਹਰਨਾਕਸ਼ ਜਿਹੜਾ ਹੈ, ਰਾਜਾ ਹੈ, ਪਿਤਾ ਵੀ ਹੈ, ਚਲੋ ਵਕਤ ਦੀ ਭਗਤੀ ਵੀ ਕੀਤੀ ਹੋਈ ਹੈ, ਅਹੰਕਾਰੀ ਹੋ ਗਿਆ ਤੇ ਕਹਿੰਦਾ ਹੈ ਜਲੇ ਹਰਨਾਕਸ਼ ਵੀ, ਸਾਰੇ ਮੇਰਾ ਹੀ ਨਾਮ ਜਪੋ, ਹੁਣ ਮੈਂ ਹੀ ਸਭ ਕੁਛ ਹਾਂ। ਜਲੇ ਹਰਨਾਕਸ਼ ਥੱਲੇ ਹਰਨਾਕਸ਼, ਤੇ ਪ੍ਰਹਿਲਾਦ ਜੀ ਕਹਿੰਦੇ ਵੀ ਨਹੀਂ, ਉਹ ਪਰਮਾਤਮਾ, ਉਹ ਰਾਮ ਸਾਰੇ ਪਾਸੇ ਹੈ, ਉਹ ਹੀ ਹੈ, ਅਸੀਂ ਤੁਸੀਂ ਨਹੀਂ ਹੈ। ਉਹ ਕਹਿੰਦਾ ਮੇਰਾ ਪੁੱਤਰ ਹੀ ਵਿਗੜ ਗਿਆ। ਟੀਚਰਾਂ ਨੂੰ, ਅਧਿਆਪਕਾਂ ਨੂੰ ਕਿਹਾ ਵੀ ਇਹਨੂੰ ਸਮਝਾਓ, ਸਿਆਣਿਆਂ ਬੰਦਿਆਂ ਨੂੰ ਕਿਹਾ ਸਮਝਾਓ, ਤੇ ਪ੍ਰਹਿਲਾਦ ਜੀ ਤੇ ਇੱਕੋ ਹੀ ਗੱਲ ਕਹਿੰਦੇ ਸਨ, ਜਲੇ ਹੈ ਰਾਮ ਥਲ ਹੈ ਰਾਮ, ਸਭ ਪਾਸੇ ਪਰਮਾਤਮਾ ਹੈ। ਅਖੀਰ ਬੜੇ ਜ਼ੁਲਮ ਕੀਤੇ ਗਏ ਇਸ ਬੱਚੇ ਦੇ ਉੱਤੇ, ਇਸ ਪ੍ਰਭੂ ਪਿਆਰੇ ਭਗਤ ਦੇ ਉੱਤੇ, ਤੇ ਜਿੱਤ ਤੇ ਭਗਤਾਂ ਦੀ ਹੁੰਦੀ, ਜਿੱਤ ਸੱਚ ਦੀ ਹੁੰਦੀ ਹੈ, ਕਦੇ ਝੂਠ ਦੀ ਜਿੱਤ ਨਹੀਂ ਹੁੰਦੀ। ਹਾਂ, ਝੂਠ ਦਾ ਬੋਲਬਾਲਾ ਕੁਝ ਚੰਦ ਰੋਜ਼ ਕੁਝ ਦਿਹਾੜੇ ਚੱਲਦਾ ਹੈ, ਪਰ ਜਿੱਤ ਸੱਚ ਦੀ ਹੁੰਦੀ ਹੈ। ਅੱਜ ਜਿੱਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਆ ਨਾ, ਤੱਤੀ ਤਵੀ ਤੇ ਬੈਠੇ ਬਿਠਾਉਣ ਵਾਲਿਆਂ ਨੂੰ ਤੇ ਨਹੀਂ ਨਾ ਜਿੱਤਿਆ ਕਿਹਾ, ਨਾ ਚੰਦੂ ਨੂੰ ਆਖਿਆ, ਨਾ ਜਹਾਂਗੀਰ ਨੂੰ ਆਖਿਆ, ਤੇ ਜਿੱਤ ਪ੍ਰਹਿਲਾਦ ਦੀ ਹੈ, ਹਰਨਾਕਸ਼ ਦੀ ਨਹੀਂ ਹੈ, ਜਿੱਤ ਧਰੂ ਦੀ ਹੈ। ਆ ਦੇਖੋ ਕੈਸਾ ਅੱਜ ਸਾਡੇ ਸਾਹਮਣੇ ਦੇਖਣ ਦਾ ਨਜ਼ਾਰਾ ਹੈ, ਜਦੋਂ ਸੂਰਜ ਦੀ ਟਿੱਕੀ ਚੜ੍ਹਦੀ ਹੈ, ਸ੍ਰੀ ਹਰਿਮੰਦਰ ਸਾਹਿਬ ਆਸਾ ਜੀ ਦੀ ਵਾਰ ਦਾ ਭੋਗ ਪੈਂਦਾ ਹੈ, ਆਖਰੀ ਸ਼ੰਤ ਜਦੋਂ ਰਾਗੀ ਸਹਿਬਾਨ ਗਾਉਂਦੇ ਨੇ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਤੇ ਜਿੱਤ ਦੇ ਵਾਜੇ ਦੇਖੋ ਕੈਸੇ ਵੱਜਦੇ ਨੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਆ ਹਰ ਰੋਜ਼ ਹੀ ਰੋਜ਼ ਪ੍ਰਹਿਲਾਦ ਦੀ ਜੈ ਜੈਕਾਰ ਸ੍ਰੀ ਹਰਿਮੰਦਰ ਸਾਹਿਬ ਹੁੰਦੀ ਹੈ, ਉਹਨਾਂ ਦੁਸ਼ਟਾਂ ਨੂੰ ਯਾਦ ਕਰਦੇ ਹਾਂ। ਇਹ ਕਿਹਾ ਜਾਂਦਾ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ। ਆ ਨਾਮਦੇਵ ਦੀ ਜੈ ਜੈਕਾਰ ਹੁੰਦੀ ਹਰ ਰੋਜ਼ ਸਵੇਰ ਹੁੰਦੀ ਹੈ, ਆਸਾ ਜੀ ਦੀ ਵਾਰ ਦਾ ਭੋਗ ਪੈਂਦਾ ਜਦੋਂ, ਤੇ ਆ ਭਗਤਾਂ ਦੀ ਜੈ ਜੈਕਾਰ ਹੁੰਦੀ ਹੈ।
ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਤੇ ਸਾਰੀ ਮਨੁੱਖਤਾ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਸੰਦੇਸ਼ ਦਿੰਦੇ ਨੇ ਵੀ ਜਿੰਨੇ ਜਿੰਨੇ ਵੀ ਇਸ ਤਰ੍ਹਾਂ ਪਰਮਾਤਮਾ ਨਾਲ ਆਪਣਾ ਪਿਆਰ ਜੋੜਿਆ ਤੇ ਅੱਜ ਜੋੜਾਂਗੇ ਇਸੇ ਤਰ੍ਹਾਂ ਹੀ ਉਹਦੀ ਵੀ ਜੈ ਜੈਕਾਰ ਹੈ ਉਹਦੀ ਵੀ ਜਿੱਤ ਹੈ ਉਸਦੇ ਨਾਲ ਵੀ ਪਰਮਾਤਮਾ ਅੱਜ ਵੀ ਖਲੋਤਾ ਹੈ ਉਹਦੀ ਅੱਜ ਵੀ ਉਹ ਲਾਜ ਰੱਖਦਾ ਹੈ ਤੇ ਸਾਹਿਬ ਜੀ ਕਹਿੰਦੇ ਨੇ ਮੇਰੇ ਰਾਮ ਹਰ ਸੰਤਾਂ ਜੀਵਨ ਨਾ ਕੋਈ ਇਹ ਮੇਰੇ ਪ੍ਰਭੂ ਜੀ ਤੇਰੀਆਂ ਸੰਤਾਂ ਤੇਰੀਆਂ ਭਗਤਾਂ ਤੇਰੀਆਂ ਦਾਸਰਾਂ ਔਰ ਤੇਰੇ ਦਰ ਦੇ ਕੂਕਰਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਜਿਹੜੇ ਜੁੜ ਗਏ ਉਹ ਕਹਿੰਦੇ ਨੇ ਮੈਂ ਤੇ ਪਰਮਾਤਮਾ ਦੇ ਦਰ ਦਾ ਕੂਕਰ ਹਾਂ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜਹ ਖਿੰਚੈ ਤੈ ਜਾਉ ਭਾਈ ਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਤਿਕਾਰ ਇਤਨਾ ਮਾਣ ਬਖਸ਼ਿਆ ਇਤਨਾ ਉਹਨਾਂ ਦੇ ਵਿੱਚੋਂ ਆਨੰਦ ਲੁੱਟਿਆ ਤੇ ਇੱਕ ਦਿਨ ਕਹਿੰਦੇ ਨਾਨਕ ਸੱਗ ਦੀਵਾਨ ਗੁਰ ਗੋਬਿੰਦ ਸਿੰਘ ਸੱਗ ਪਰਸ਼ੀਅਨ ਦੇ ਵਿੱਚ ਕਹਿੰਦੇ ਨੇ ਜੀ ਕੂਕਰ ਨੂੰ ਨਾ ਇਤਨਾ ਮਾਣ ਇਤਨਾ ਗੁਰੂ ਨਾਲ ਪਿਆਰ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੂਕਰ ਹਾਂ ਮੇਰੇ ਸਾਹਿਬ ਜੀ ਨੰਦ ਲਾਲ ਨੂੰ ਵੀ ਪਿਆਰ ਬਖਸ਼ਦੇ ਨੇ ਬੜਾ ਪਿਆਰ ਬਖਸ਼ਿਆ ਨੰਦ ਲਾਲ ਜੀ ਨੂੰ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਪ੍ਰਭੂ ਦੇ ਪਿਆਰਿਆਂ ਦੇ ਬਰਾਬਰ ਦੁਨੀਆਂ ਵਿੱਚ ਹੋਰ ਕੋਈ ਨਹੀਂ ਬੇਸ਼ੱਕ ਕੋਈ ਧਨਵਾਨ ਹੈ ਬੇਸ਼ੱਕ ਕੋਈ ਗੁਣਵਾਨ ਹੈ ਬੇਸ਼ੱਕ ਕੋਈ ਰਾਜਾ ਹੈ ਤੇ ਭਾਵੇਂ ਕੋਈ ਵੀ ਹੈ ਜਿੱਥੇ ਪਰਮਾਤਮਾ ਦਾ ਪਿਆਰਾ ਜੁੜਿਆ ਹੈ ਉਹਦੀ ਜੈ ਜੈਕਾਰ ਹੈ ਓ ਮਾਈ ਲਾਰਡ ਨੋ ਵਨ ਇਜ਼ ਐਸ ਗ੍ਰੇਟ ਐਜ ਦਾ ਲਾਰਡ ਸੇਂਟਸ ਡਿਵੋਟੀਸ ਸੇਵਾਦਾਰ ਕਿਉਂਕਿ ਉਹਨਾਂ ਦੀ ਪ੍ਰੀਤੀ ਉਹਨਾਂ ਦਾ ਪਿਆਰ ਆਪਣੇ ਪਰਮਾਤਮਾ ਨਾਲ ਆਪਣੇ ਗੁਰੂ ਨਾਲ ਬਣ ਗਿਆ ਹੈ ਤੇ ਦੁਨੀਆਂ ਦੇ ਰਾਜਿਆਂ ਦਾ ਇਹ ਪਿਆਰ ਨਹੀਂ ਬਣਦਾ ਦੁਨੀਆਂਦਾਰ ਬੰਦੇ ਦਾ ਪਿਆਰ ਤੇ ਦੁਨੀਆਂ ਨਾਲ ਹੀ ਹੁੰਦਾ ਹੈ ਦੁਨੀਆਂਦਾਰ ਬੰਦੇ ਦਾ ਪਿਆਰ ਤੇ ਪਰਿਵਾਰ ਨਾਲ ਹੁੰਦਾ ਹੈ ਪਰ ਉਹ ਇਸ ਤੋਂ ਉੱਚੇ ਉੱਠ ਜਾਂਦੇ ਨੇ ਤਾਂ ਭਗਤਾਂ ਬਾਣਿਆ ਈ ਪ੍ਰਭ ਆਪਣੇ ਸਿਓ ਜੰਦ ਥਲ ਮਈਅਲ ਸੋਈ ਉਹ ਪਰਮਾਤਮਾ ਦੇ ਪਿਆਰਿਆਂ ਦੀ ਪ੍ਰੀਤ ਪਰਮਾਤਮਾ ਨਾਲ ਬਣ ਜਾਂਦੀ ਹੈ ਤੇ ਉਹ ਪਰਮਾਤਮਾ ਨੂੰ ਹਰ ਪਾਸੇ ਦੇਖਦੇ ਨੇ ਨਾਮਦੇਵ ਜੀ ਨੂੰ ਬਾਦਸ਼ਾਹ ਕਹਿੰਦਾ ਨਾ ਬਈ ਮੋਈ ਹੋਈ ਗਊ ਨੂੰ ਜਿੰਦਾ ਕਰਦੇ ਕਹੇ ਤਾਂ ਮੋਈ ਗਊ ਦੇ ਜਿਵਾਏ ਆ ਪਰਮਾਤਮਾ ਪ੍ਰਗਟ ਹੋਇਆ ਹੈ ਤੇ ਭਗਤ ਨਾਮਦੇਵ ਜੀ ਫਿਰ ਕਹਿੰਦੇ ਨੇ ਮੇਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਜੋ ਰੱਬ ਕਰਦਾ ਹੈ ਉਹੀ ਹੁੰਦਾ ਹੈ ਜਦੋਂ ਗਊ ਜਿੰਦੀ ਹੋਈ ਹੈ ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰੀ ਮੇਰੇ ਅੰਤਰ ਗੁਰ ਗੋਪਾਲਾ ਮੇਰੇ ਅੰਦਰ ਉਹ ਰੱਬ ਵੱਸਦਾ ਹੈ ਦੇਖੇ ਬੱਚਾ ਸੀ ਡਰ ਜਾਂਦਾ ਨਹੀਂ ਡਰੇ ਭਗਤਾਂ ਬਣ ਆਈ ਪ੍ਰਭ ਆਪਣੇ ਸਿਓ ਜਲ ਥਲ ਮੰਜਲ ਸੋਏ ਅੱਜ ਵੀ ਗੁਰੂ ਦੇ ਪਿਆਰੇ ਹੈ ਨੇ ਕਿਤੇ ਭਗਤੀ ਦੇ ਰੂਪ ਦੇ ਵਿੱਚ ਨੇ ਕਿਤੇ ਸ਼ਹੀਦਾਂ ਦੇ ਰੂਪ ਦੇ ਵਿੱਚ ਨੇ ਵਕਤ ਦੀ ਹਕੂਮਤ ਤੋਂ ਨਹੀਂ ਡਰਦੇ ਜਿੱਥੇ ਲੋੜ ਪੈਂਦੀ ਹੈ ਕਿਸੇ ਗਰੀਬ ਦੀ ਰਾਖੀ ਲਈ ਕੁਰਬਾਨ ਹੁੰਦੇ ਨੇ ਜਿੱਥੇ ਲੋੜ ਪੈਂਦੀ ਹੈ ਧਰਮ ਦੀ ਰੱਖਿਆ ਵਾਸਤੇ ਕੁਰਬਾਨ ਹੋ ਜਾਂਦੇ ਨੇ ਭਗਤਾਂ ਬਣ ਆਈ ਪ੍ਰਭ ਆਪਣੇ ਸਿਓ ਜਲ ਥਲ ਮਈਅਲ ਸੋਈ ਦ ਡਿਵੋਟੀਜ਼ ਆਰ ਇਨ ਹਾਰਮਨੀ ਵਿਦ ਦੀਅਰ ਗਾਡ ਵਿਦ ਦੀਅਰ ਗੁਰੂ ਹੀ ਇਜ਼ ਇਨ ਦ ਵਾਟਰ ਦ ਲੈਂਡ ਐਂਡ ਦ ਸਕਾਈ ਤੇ ਮੇਰੇ ਸਾਹਿਬ ਜੀ ਫਿਰ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਉਹ ਇੱਥੇ ਹੀ ਬਸ ਨਹੀਂ ਉਹ ਕਹਿੰਦੇ ਨੇ ਜੋ ਪਰਮਾਤਮਾ ਕਰ ਰਿਹਾ ਹੈ ਇਹਨੂੰ ਸਤ ਕਰਕੇ ਮੰਨਦੇ ਨੇ ਜੋ ਕਿਛ ਕਰੈ
सोई प्रभ मानै ओई राम नाम रंग राते। Whatever God causes to happen is accepted by those who are attuned to the love of the Guru's name, love of the Lord's name. ਜਿਹੜੇ ਨਾਮ ਦੇ ਵਿੱਚ ਰੰਗੇ ਗਏ ਨੇ ਗੁਰੂ ਤੇ ਇਹ ਵੀ ਕਹਿੰਦਾ ਹੈ ਹਉ ਕੁਰਬਾਨੈ ਜਾਉ ਮਿਹਰਬਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੇ ਜਾਉ ਤੇ ਹਜ਼ੂਰ ਕਹਿੰਦੇ ਨੇ ਤਿੰਨ ਕੀ ਸ਼ੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਉਹਨਾਂ ਦੀ ਸ਼ੋਭਾ ਉਹਨਾਂ ਦੀ ਵਡਿਆਈ ਉਹਨਾਂ ਦੀ ਇੱਜ਼ਤ ਉਹਨਾਂ ਦਾ ਸਤਿਕਾਰ ਫਿਰ ਦੁਨੀਆਂ ਦੇ ਵਿੱਚ ਹੁੰਦਾ ਹੈ ਜਿਹੜੇ ਰੱਬ ਦੇ ਨਾਲ ਜੁੜਦੇ ਨੇ ਜਿਹੜੇ ਪਰਮਾਤਮਾ ਦੇ ਪਿਆਰ ਨਾਲ ਜੁੜਦੇ ਨੇ ਜਿਹੜੇ ਬਾਣੀ ਨਾਲ ਸੰਗਤ ਨਾਲ ਜੁੜਦੇ ਨੇ ਦੁਨੀਆਂ ਬੇਸ਼ੱਕ ਉਹਨਾਂ ਨੂੰ ਮਾੜਾ ਆਖੇ ਦੁਨੀਆਂ ਬੇਸ਼ੱਕ ਉਹਨਾਂ ਨੂੰ ਬੇਇੱਜ਼ਤ ਕਰਨਾ ਚਾਹੇ ਉਹ ਪਰਮਾਤਮਾ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ ਤੇ ਹਜ਼ੂਰ ਕਹਿੰਦੇ ਤਿੰਨ ਕੀ ਸ਼ੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਦੋਜ਼ ਹੂ ਫੋਲੋ ਦਾ ਫੀਟ ਆਫ ਗਾਡ ਅਟੈਚਡ ਵਿਦ ਦਾ ਸ਼ਬਦ ਆਫ ਗੁਰੂ ਸਾਹਿਬ ਆਰ ਰਿਸਪੈਕਟਡ ਐਵਰੀਵੇਅਰ ਰਿਸਪੈਕਟਡ ਐਵਰੀਵੇਅਰ ਉਹਨਾਂ ਦੀ ਗੁਰੂ ਦਰਬਾਰ ਵਿੱਚ ਵੀ ਜੈ ਜੈਕਾਰ ਤਾਂ ਗੁਰੂ ਪਿਆਰਿਓ ਜਦੋਂ ਆਪਾਂ ਅਰਦਾਸਾਂ ਕਰਦੇ ਹਾਂ ਭਾਵੇਂ ਉਹ ਗੁਰੂ ਦਰਬਾਰ ਵਿੱਚ ਅਰਦਾਸਾਂ ਹੋਵੇ ਭਾਵੇਂ ਕੋਈ ਸਿੱਖ ਆਪਣੇ ਘਰ ਨਿਤਨੇਮ ਕਰਕੇ ਕਰ ਰਿਹਾ ਆਪਣੇ ਤੀਰਥ ਸਥਾਨ ਤੇ ਕਰ ਰਿਹਾ ਤੇ ਫਿਰ ਉਹ ਕੀ ਕਹਿੰਦਾ ਹੱਥ ਜੋੜ ਕੇ ਕਹਿੰਦਾ ਜੀ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ 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 ਆਪ ਪਰਮਾਤਮਾ ਦੇ ਪਿਆਰੇ ਜੀ ਆਪ ਪਰਮਾਤਮਾ ਦੇ ਸੰਤ ਨੇ ਜਿੰਨਾ ਨਾਮ ਜਪਿਆ ਵੰਡ ਕੇ ਛਕਿਆ ਨਾਮ ਜਪਣ ਵਾਲਾ ਵੀ ਸੰਤ ਵੰਡ ਛਕਣ ਵਾਲਾ ਵੀ ਸੰਤ ਜਿੰਨਾ ਦੇਗ ਚਲਾਈ ਲੰਗਰ ਚਲਾਏ ਸੰਤ ਤੇਗ ਵਾਹੀ ਮੈਦਾਨੇ ਜੰਗ ਦੇ ਵਿੱਚ ਜੂਝੇ ਨੇ ਸੰਤ ਬੇਸ਼ੱਕ ਅਸੀਂ ਪੰਥਕ ਤੌਰ ਤੇ ਸ਼ਹੀਦ ਹੋਈ ਉਹਨਾਂ ਨੂੰ ਕਹਿੰਦੇ ਆ ਜਿੰਨਾ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਪਰਮਾਤਮਾ ਦਾ ਹੁਕਮ ਮੰਨਿਆ ਅਨਡਿੱਠ ਕੀਤਾ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਮੀਨਸ ਸੈਲੂਟ ਹੈ ਜੀ ਉਹਨਾਂ ਨੂੰ ਨਮਸਕਾਰ ਹੈ ਸਜਦਾ ਹੈ ਉਹਨਾਂ ਨੂੰ ਕੁਰਬਾਨ ਜਾਂਦੇ ਉਹਨਾਂ ਦੇ ਉੱਤੋਂ ਤੇ ਇੱਥੇ ਬਸ ਨਹੀਂ ਜਿੰਨਾ ਧਰਮ ਹਿੱਤ ਸੀਸ ਦਿੱਤੇ ਆ ਵੀ ਮੇਰੇ ਰਾਹਮ ਹਰ ਸੰਤਾਂ ਜੀਵਨ ਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਓ ਜਨ ਥਲ ਮੈਲ ਸੋਈ ਤਿੰਨ ਕੀ ਸ਼ੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਸਤਿਗੁਰੂ ਜੀ ਫਿਰ ਉਹਨਾਂ ਨੂੰ ਮਾਣ ਦਿੰਦੇ ਨੇ ਜਿੰਨਾ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਭਾਈ ਤਾਰੂ ਸਿੰਘ ਜੀ ਵਰਗੇ ਚਰਖੜੀਆਂ ਤੇ ਚੜ੍ਹੇ ਸ਼ਬੇਗ ਸਿੰਘ ਸ਼ਾਹਬਾਜ਼ ਸਿੰਘ ਜੀ ਵਰਗੇ ਵਾਹਿਗੁਰੂ ਦੇ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਸੰਗਨਵਾਈ ਤੇ ਫਿਰ ਉਹਨਾਂ ਦੀ ਇਹ ਕਮਾਈ ਨੂੰ ਯਾਦ ਕਰਦਿਆਂ ਕਹਿੰਦੇ ਜੀ ਤਿੰਨਾਂ ਪਿਆਰਿਆਂ ਸਚਿਆਰਿਆਂ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ 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 ਆ ਸਤਿਕਾਰ ਮਿਲਦਾ ਹੈ ਜਿਹੜਾ ਸੱਚ ਨਾਲ ਜੁੜਦਾ ਹੈ ਇਹ ਮਾਣ ਮਿਲਦਾ ਹੈ ਜਿਹੜਾ ਗੁਰੂ ਨਾਲ ਜੁੜਦਾ ਹੈ ਇਹ ਪਿਆਰ ਮਿਲਦਾ ਹੈ ਉਸਨੂੰ ਹਰ ਥਾਂ ਦੇ ਉੱਤੇ ਹਰ ਗੁਰੂ ਘਰ ਵਿੱਚ ਹਰ ਗੁਰੂ ਪਿਆਰੇ ਦੀ ਰਸਨਾ ਤੋਂ ਬਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ 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 ਸਤਿਗੁਰੂ ਕਿਰਪਾ ਕਰਨ ਤਰਸ ਕਰਨ ਸਾਡੇ ਤੇ ਦਇਆ ਕਰਨ ਮੇਰੇ ਮਾਲਕ ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ ਸਿਫਤ ਦੇਹੋ ਆਪਣੀ ਸਿਫਤ ਦੇਹੋ ਆ ਅਰਦਾਸ ਕਰਿਆ ਕਰੀਏ ਪਿਆਰਿਓ ਗੁਰੂ ਤੋਂ ਮੰਗੀਏ ਇਹ ਦਾਤ
दया करो दयाल, अपनी सिफ देहो दर्शन देख निहाल, नानक प्रीत ए आप प्रीत मनिए। ते फिर गुरु संघ भी कहेगा वो तिन की शोभा सबनी थाई। इस सत्कार दी आस रखिए, इस सत्कार लैण दी इच्छा रखिए। आ सत्कार प्राप्त करन वास्ते गुरु प्यारियो झोली अडिए गुरु अगे। कि गुरु कहदे मेरे राम हर संता जे उड़ना कोई, ते गुरु पासों ए दात मंगिया करिए। सतगुरु से प्यारे मेल जिन्ना दे मिलिया, तेरा नाम चित आवे नानक नाम चढ़दी कला, तेरे पाने शरबत दा भला, शरबत दा भला भुल चुक देखी मैं बख्शनी सतगुरु जी। वाहिगुरु जी का खालसा, वाहिगुरु जी की फतेह।